ਟਿਮਰੂ ਵਿਖੇ ਬੀਤੀ ਰਾਤ 4 ਕਾਰੋਬਾਰਾਂ ਤੇ ਚੋਰੀ ਦੀ ਘਟਨਾ ਵਾਪਰੀ ਹੈ। ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਚੋਰਾਂ ਵੱਲੋਂ ਹਥੌੜਿਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਦੁਕਾਨਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਚੋਰੀ ਦਾ ਸ਼ਿਕਾਰ ਹੋਏ ਮੋਬਾਈਲ ਵਰਡ ਦੇ ਮਾਲਕ ਰਣਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਬੀਤੇ 3 ਸਾਲਾਂ ਤੋਂ ਇਸ ਥਾਂ ਤੇ ਕਾਰੋਬਾਰ ਕਰ ਰਹੇ ਹਨ ਅਤੇ 14 ਸਾਲਾਂ ਤੋਂ ਇੱਥੇ ਦੇ ਵਸਨੀਕ ਹਨ, ਪਰ ਅੱਜ ਤੱਕ ਉਹਨਾਂ ਨਾਲ ਜਾਂ ਇਲਾਕੇ ਵਿੱਚ ਅਜਿਹੀ ਕੋਈ ਘਟਨਾ ਪਹਿਲੇ ਕਦੀ ਵੀ ਨਹੀਂ ਵਾਪਰੀ ਤੇ ਇੱਕੋ ਰਾਤ ਦੇ ਵਿੱਚ ਕਈ ਕਾਰੋਬਾਰਾਂ ਵਿੱਚ ਚੋਰੀ ਹੋਣਾ ਸੱਚਮੁੱਚ ਹੀ ਚਿੰਤਾਜਨਕ ਹੈ। ਉਹਨਾਂ ਦੱਸਿਆ ਹੈ ਕਿ ਚੋਰ ਉਹਨਾਂ ਦੇ ਕਾਰੋਬਾਰ ਤੋਂ ਕਈ ਮੋਬਾਈਲ ਫੋਨ ਅਤੇ ਨਕਦੀ ਲੈ ਗਏ ਹਨ। ਰਣਦੀਪ ਸਿੰਘ ਅਨੁਸਾਰ ਉਹਨਾਂ ਦੇ ਕਾਰੋਬਾਰ ਨੂੰ ਚੋਰਾਂ ਨੇ ਕਾਫੀ ਨੁਕਸਾਨ ਵੀ ਪਹੁੰਚਾਇਆ ਹੈ, ਜਿਸ ਦੀ ਰਿਪੇਅਰ ਕਰਾਉਣ ਤੇ ਕਾਫੀ ਖਰਚਾ ਆਵੇਗਾ। ਪੁਲਿਸ ਅਨੁਸਾਰ ਵਾਪਰੀਆਂ ਇਹਨਾਂ ਘਟਨਾਵਾਂ ਵਿੱਚ ਚੋਰੀ ਦੀਆਂ ਗੱਡੀਆਂ ਵਰਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 2 ਨੂੰ ਰਿਕਵਰ ਕਰ ਲਿਆ ਹੈ, ਪਰ ਅਜੇ ਤੱਕ ਕਿਸੇ ਚੋਰ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਨੇ ਟਿਮਰੂ ਵਾਸੀਆਂ ਨੂੰ ਘਟਨਾ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ। I just get the phone call on the police in the morning like 5:30. There's somebody knocked the glass. So I just came in there and just see somebody stolen the money and the phone and the Samsung phone. I don't think it's going to happen in Timaru, but it's just suddenly. Yeah. And have you lost much? Yeah, my wife can come and check the cash and how much, and I think they're taking 4 or 5 phone. Yeah, just replacing the glass. I have to be on my cost. Yeah, we can open 9:30. Just see, back to normal. They already done their job. Bureau report, Edge, Punjabi News.